ਹੁਣ ਦੱਸ ਕੇ ਮੈਂ ਲੱਗਦਾ ਮੈਂ ਇਦਾਂ ਲੱਗਦਾ ਸਹੁਰੇ ਚੱਲਿਆ ਨਹੀਂ ਸਹੁਰਿਆਂ ਤੋਂ ਝਾਟਾ ਪਟਾ ਕੇ ਵਾਪਸ ਮੁੜੇ ਆ ਹੁਣ ਦੱਸ ਕੇ ਮੈਂ ਲੱਗਦਾ ਆ ਤਿਲ ਲਾ ਕੇ ਨਾ ਤਿਲ ਭਰ ਵੀ ਫਰਕ ਨਹੀਂ ਪਿਆ ਤੇਰੇ ਚ ਲੈ ਹੁਣ ਦੱਸ ਪਛਾਣਿਆ ਨਾ ਮੱਸੇ ਨਾਲ ਵੀ ਨਾ ਮਾਸਾ ਨਹੀਂ ਫਰਕ ਪਿਆ ਭਾਈ ਜਾਨ ਲੈ ਹੁਣ ਫਰਕ ਪਿਆ ਦੁੱਕੀ ਦਾ ਫਰਕ ਨਹੀਂ ਪਿਆ ਅਗਲਿਆਂ ਜਾਂਦੇ ਮੁੱਛ ਪੱਟ ਕੇ ਹੱਥ ਫੜਾ ਦੇਣੀ ਤੇਰੇ ਹੁਣ ਕਿਦਾਂ ਲੱਗਦਾ ਹੁਣ ਅੱਖਾਂ ਦਾ ਹੀ ਨਹੀਂ ਅਕਲ ਦਾ ਵੀ ਅੰਨਾ ਲੱਗਦਾ ਉਹ ਇਹੋ ਜਿਹੇ ਨਸ਼ੇੜੀ ਨਾ ਕੋਈ ਆਪਣੀ ਬੱਚੀ ਭੇਜ ਦੇਗਾ ਤੈਨੂੰ ਗੱਡੀ 'ਚ ਬਹਿਣ ਨਹੀਂ ਦਿੰਦੇ ਗੱਡੀ ਦੇ ਥੱਲੇ ਦੇ ਕੇ ਭਾਵੇਂ ਮਾਰ ਦੇਣ ਪਰ ਹੁਣ ਹੋਰ ਦੱਸ ਮੈਂ ਕੀ ਕਰਾਂ ਮੈਂ ਦੱਸਦਾ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਬੀ ਜੀ ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ ਚੰਗਾ ਕੀਤਾ ਭੁੱਲਰ ਸਾਹਿਬ ਤੁਸੀਂ ਆ ਗਏ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਜ਼ਰੂਰੀ ਗੱਲ ਦੱਸੋ ਦੱਸਣਾ ਕੀ ਹੈ ਭੁੱਲਰ ਸਾਹਿਬ ਜਵਾਨ ਭੈਣ ਘਰ 'ਚ ਕੁਆਰੀ ਬੈਠੀ ਹੋਵੇ ਅਤੇ ਘਰਦਿਆਂ ਨੂੰ ਨੀਂਦ ਨਹੀਂ ਆਉਂਦੀ ਗੱਲ ਤਾਂ ਤੁਹਾਡੀ ਸਹੀ ਹੈ ਜੀ ਕੁੜੀ ਜਵਾਨ ਹੋਵੇ ਨੀਂਦ ਤਾਂ ਸਾਰੇ ਮਹੱਲੇ ਦੀ ਉੱਡ ਜਾਂਦੀ ਹੈ ਤੁਸੀਂ ਬਿਲਕੁਲ ਠੀਕ ਕਿਹਾ ਭੁੱਲਰ ਸਾਹਿਬ ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹਾਂਜੀ ਤੁਹਾਨੂੰ ਤਾਂ ਪਤਾ ਹੀ ਹੈ ਕੁਆਰੀ ਭੈਣ ਦੀ ਜ਼ਿੰਮੇਵਾਰੀ ਕਿੰਨੀ ਵੱਡੀ ਹੁੰਦੀ ਹੈ ਬਿਲਕੁਲ ਜੇ ਭੈਣ ਵੱਡੀ ਉਮਰ ਦੀ ਹੋਵੇ ਫਿਰ ਤਾਂ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਆ ਪਰ ਜੇ ਕੋਈ ਸਮਝੇ ਤਾਂ ਪ੍ਰੋਫੈਸਰ ਸਾਹਿਬ ਤੁਹਾਡੀ ਯੂਨੀਵਰਸਿਟੀ 'ਚ ਕੋਈ ਟੀਚਰ ਹੋਵੇ ਤਾਂ ਧਿਆਨ ਰੱਖਿਓ ਕੀ ਗੱਲਾਂ ਕਰਦੇ ਹੋ ਭਾਬੀ ਜੀ ਹੁਣ ਸਿਮਰਨ ਲਈ ਤੁਸੀਂ ਟੀਚਿੰਗ ਅਸਿਸਟੈਂਟ ਲੱਭੋਗੇ ਜੇ ਉਹਨੂੰ ਵਿਆਹਣ ਦਾ ਹੌਸਲਾ ਕਰ ਹੀ ਰਹੇ ਹੋ ਤਾਂ ਘੱਟੋ ਘੱਟ ਕੋਈ ਪ੍ਰੋਫੈਸਰ ਰੈਂਕ ਦਾ ਬੰਦਾ ਤਾਂ ਲੱਭੋ ਪ੍ਰੋਫੈਸਰ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਨਾ ਜੇ ਪ੍ਰੋਫੈਸਰ ਦੀ ਉਮਰ ਜ਼ਿਆਦਾ ਕੁੜੀ ਸਲੇਟੀਆਂ ਖਾਂਦੀ ਆ ਉਹਦੀ ਜਵਾਨੀ ਵੀ ਤਾਂ ਫਾਈਨਲ ਈਅਰ 'ਚ ਤੁਰੀ ਫਿਰਦੀ ਆ ਚਲੋ ਟੀਚਰ ਨਾ ਸਹੀ ਕੋਈ ਪ੍ਰੋਫੈਸਰ ਹੀ ਹੋਵੇ ਤੁਹਾਡੀ ਨਿਗਾਹ 'ਚ ਤਾਂ ਜ਼ਰੂਰ ਦੱਸਿਓ ਭਾਬੀ ਜੀ ਮਾਫ ਕਰਨਾ ਮੇਰੀ ਨਜ਼ਰ 'ਚ ਕੋਈ ਹੋਰ ਤਾਂ ਪ੍ਰੋਫੈਸਰ ਹੈ ਨਹੀਂ ਅਲਬਤਾ ਤੁਹਾਡੀ ਨਜ਼ਰ 'ਚ ਜ਼ਰੂਰ ਹੋ ਸਕਦਾ ਜ਼ਰਾ ਗੌਰ ਤਾਂ ਫਰਮਾਓ ਤੁਸੀਂ ਫੇਰ ਮੇਰੇ ਵਿਆਹ ਦਾ ਗਿੱਲਾ ਪੀਣ ਪਾ ਕੇ ਬਹਿ ਗਏ ਫਿਰ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਜੇ ਮੈਨੂੰ ਕੋਈ ਮੁੰਡਾ ਪਸੰਦ ਆਏਗਾ ਨਾ ਤਾਂ ਮੈਂ ਤੁਹਾਨੂੰ ਆਪ ਹੀ ਦੱਸ ਦਿਆਂਗਾ ਸਿਮਰਨ ਆਪਣੀ ਉਮਰ ਵੱਲ ਵੀ ਤਾਂ ਦੇਖ ਫਿਰ ਬਾਅਦ 'ਚ ਰਹਿੰਦ ਖੂੰਹ ਦੀ ਮਿਲਣੀ ਹੈ ਫਿਰ ਕਹੇਗੀ ਮੈਨੂੰ ਬੁੜੇ ਨਾਲ ਵਿਆਹ ਤਾਂ ਕਿਉਂ ਬੁੜਿਆਂ ਦਾ ਦਿਲ ਨਹੀਂ ਹੁੰਦਾ ਵਾਹ ਕਿੱਡੀ ਸਿਆਣੀ ਗੱਲ ਕੀਤੀ ਹੈ ਸਿੱਧੂ ਸਾਹਿਬ ਉਹ ਵੀ ਸੰਡੇ ਨੂੰ ਨਹੀਂ ਆਮ ਤੌਰ ਤੇ ਕੁੜੀਆਂ ਸੰਡੇ ਨੂੰ ਕਿੱਥੇ ਸਿਆਣੀਆਂ ਗੱਲਾਂ ਕਰਦੀਆਂ ਉਹਨਾਂ ਦੇ ਪਾ ਦੀ ਛੁੱਟੀਆਂ ਤਾਂ ਛੁੱਟੀ ਹੈ ਵੈਸੇ ਸਿਮਰਨ ਜੀ ਹਾਂ ਕੌਣ ਕਿਹਨੂੰ ਕਦੋਂ ਕਿੱਥੇ ਟੱਕਰ ਜਾਵੇ ਕੁਛ ਕਹਿ ਸਕਦੇ ਸਤਿ ਸ੍ਰੀ ਅਕਾਲ ਜੀ ਮੈਂ ਸਤਨਾਮ ਸਿੰਘ ਮੈਂ ਸੁਣਿਆ ਤੁਹਾਨੂੰ ਡਰਾਈਵਰ ਦੀ ਲੋੜ ਹੈ ਤੇਰੇ ਕੰਨ ਵੱਜਦੇ ਆ ਅੱਜ ਤਾਂ ਬੋਲੇ ਨਹੀਂ ਤੈਨੂੰ ਕਿੱਥੋਂ ਸੁਣ ਗਿਆ ਤੁਹਾਡੀ ਗੱਡੀ ਖੜੀ ਦੇਖੀ ਮੈਂ ਸੋਚਿਆ ਤੁਹਾਨੂੰ ਡਰਾਈਵਰ ਦੀ ਲੋੜ ਹੋਣੀ ਹੈ ਸ਼ਾਬਾਸ਼ ਗੱਡੀ ਖੜੀ ਦੇਖ ਲਈ ਤੇ ਤੁੱਕਾ ਲਾ ਲਿਆ ਤੁਹਾਨੂੰ ਡਰਾਈਵਰ ਦੀ ਲੋੜ ਹੋਣੀ ਆ ਤੇ ਜੇ ਕਿਤੇ ਤੂੰ ਗੁੱਡੀ ਖੜੀ ਦੇਖ ਲੈਂਦਾ ਤੂੰ ਤਾਂ ਸਿੱਧਾ ਰਿਸ਼ਤਾ ਲੈ ਆਉਣਾ ਸੀ ਘਰੇ ਸਿਮਰਨ ਤੁਸੀਂ ਕਿਉਂ ਖੜੇ ਹੋ ਬੈਠੋ ਤੁਸੀਂ ਗਲਤ ਮਤਲਬ ਕਰ ਰਹੇ ਹੋ ਪ੍ਰੋਫੈਸਰ ਸਾਹਿਬ ਇੱਕ ਮਿੰਟ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਪ੍ਰੋਫੈਸਰ ਸਾਹਿਬ ਹਾਂ ਉਹ ਕਿਉਂਕਿ ਇੰਨੇ ਸਵਾਲ ਤਾਂ ਕੋਈ ਟੀਚਰ ਜਾਂ ਪ੍ਰੋਫੈਸਰ ਹੀ ਪੁੱਛ ਸਕਦਾ ਇਹ ਤੁਹਾਡੀ ਟੀਚਰ ਵਾਲੀ ਉਮਰ ਲੱਗਦੀ ਨਹੀਂ ਇਹਨੂੰ ਸੱਦਿਆ ਕੀ ਨੇ ਇੱਥੇ ਉਹ ਭੁੱਲਰ ਸਾਹਿਬ ਮੈਂ ਹੀ ਦੋ ਚਾਰ ਬੰਦਿਆਂ ਨੂੰ ਕਿਹਾ ਸੀ ਹੋ ਸਕਦਾ ਉਹਨਾਂ 'ਚੋਂ ਕਿਸੇ ਨੇ ਭੇਜਤਾ ਹੋਏ ਬਾਈ ਦਾ ਵੇ ਮੇਰੇ ਹੁੰਦੇ ਤੁਹਾਨੂੰ ਡਰਾਈਵਰ ਰੱਖਣ ਦੀ ਲੋੜ ਕੀ ਆ ਭੁੱਲਰ ਸਾਹਿਬ ਜਿਹੜਾ ਤੁਸੀਂ ਮੈਨੂੰ ਰੋਜ਼ ਛੱਡਿਆ ਆਉਂਦੇ ਹੋ ਇਹ ਤਾਂ ਤੁਹਾਡਾ ਬੁੜੱਪਨ ਹੈ ਬੁੜੱਪਨ ਨਹੀਂ ਹੁੰਦਾ ਬੁੜੱਪਨ ਹੁੰਦਾ ਆ ਬੁੜੱਪਣ ਬੁੜੱਪਣ ਕਹਿ ਕੇ ਮੈਨੂੰ ਬੁੜਾਪੇ ਦਾ ਅਹਿਸਾਸ ਨਾ ਦਿਵਾਓ ਬੁੜੱਪਨ ਤਾਂ ਤੁਹਾਡਾ ਹੋਊਗਾ ਜੀ ਜੇ ਤੁਸੀਂ ਮੈਨੂੰ ਇਸ ਨੌਕਰੀ ਤੇ ਰੱਖ ਲਓ ਬੁੜੱਪਣ ਵਾਲੀ ਕੋਈ ਗੱਲ ਨਹੀਂ ਇਸ ਮਾਮਲੇ 'ਚ ਤੂੰ ਮੈਨੂੰ ਕਮੀਨਾ ਹੀ ਸਮਝ ਅੱਛਾ ਬਾਕੀ ਇਧਰੋਂ ਪੁੱਛ ਲਾ ਪੁੱਛਣਾ ਕੀ ਹੈ ਸਾਨੂੰ ਹੋਰ ਕੀ ਚਾਹੀਦਾ ਜੇ ਕੋਈ ਸਿਆਣੀ ਉਮਰ ਦਾ ਡਰਾਈਵਰ ਮਿਲ ਜੇ ਤਾਂ ਉਦਾਂ ਭਾਵੇਂ ਸਿਆਣਾ ਹੋਵੇ ਨਾ ਹੋਵੇ ਸਾਲ 'ਚ ਕਿੰਨੀ ਕੁ ਗੱਡੀ ਚਲਾ ਲੈਣਾ ਤੁਸੀਂ ਸਾਲ 'ਚ ਕਿੰਨੀ ਗੱਡੀ ਚਲਾ ਲੈਂਦੇ ਹੋ ਅੱਜ ਤੂੰ ਕੀ ਕਰਨੀਆਂ ਪ੍ਰੋਫੈਸਰ ਦੀਆਂ ਰੀਸਾਂ ਮੈਂ ਤਾਂ ਸਾਲ 'ਚ 25-30,000 ਕਿਲੋਮੀਟਰ ਚਲਾ ਲੈਣਾ ਇੰਨੀ ਤਾਂ ਸਾਲ 'ਚ ਮੈਂ ਬੈਕ ਚਲਾ ਦਿੰਦਾ ਵਾਹ ਫਿਰ ਮੈਂ ਨੌਕਰੀ ਪੱਕੀ ਸਮਝਾਂ ਜੀ ਇੱਟ ਵਰਗੀ ਹਾਂ ਹਾਂ ਕੱਲ ਟਾਈਮ ਤੇ ਆ ਜਿਓ ਤਨਖਾਹ ਹੋਏਗੀ 12,000 ਸਤਿ ਵਚਨ ਜੀ